ਦੋਸਤੋ ਮੈਂ ਤੁਹਾਡਾ ਸਾਥੀ ਇੰਜੀਨੀਅਰ ਪਵਨ ਸ਼ਰਮਾ ਬਹੁਤ ਹੀ ਇੰਪੋਰਟੈਂਟ ਟਾਪਿਕ ਲੈ ਕੇ ਆਪ ਸਭ ਦੇ ਸਨ ਮੁਖ ਹੋਇਆ ਹਾਂ ਮੈਂ ਸਮਝਦਾ ਹਾਂ ਕਿ ਜਿੱਥੇ ਕਿਸੇ ਵੀ ਪੋਲੀਟੀਕਲ ਜਾਂ ਸੋਸ਼ਲ ਐਕਟਿਵਿਸਟ ਲਈ ਸਮਾਜ ਪ੍ਰਤੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਲਾਜ਼ਮ ਨੇ ਉੱਥੇ ਹੀ ਸੇਧ ਦਾ ਵਿਸ਼ਾ ਇੱਕ ਜਿਹਾ ਵਿਸ਼ਾ ਹੈ ਜਿਸ ਨੂੰ ਕਿਸੇ ਵੀ ਕੀਮਤ ਦੇ ਉੱਤੇ ਦਰਗਿਨਾਰ ਨਹੀਂ ਕੀਤਾ ਜਾ ਸਕਦਾ ਸੋ ਇਸੇ ਗੱਲ ਦੇ ਤਹਿਤ ਹੀ ਮੈਂ ਆਪ ਸਭ ਨਾਲ ਬਹੁਤ ਇੰਪੋਰਟੈਂਟ ਜਾਣਕਾਰੀ ਜਿਹੜੀ ਉਹ ਸਾਂਝੀ ਕਰਨੀ ਚਾਹੁੰਦਾ ਹਾਂ ਮੈਂ ਜਾਣਦਾ ਹਾਂ ਕਿ ਪੂਰੇ ਭਾਰਤ ਦੇਸ਼ ਦੇ ਵਿੱਚ ਔਰ ਸਪੈਸ਼ਲੀ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਟੀ ਲਵਰ ਹੈਗੇ ਨੇ ਬਹੁਤ ਵੱਡੀ ਤਦਾਦ ਜਿਹੜੀ ਲੋਕਾਂ ਦੀ ਚਾਹ ਪੀਣ ਵਾਲੇ ਲੋਕਾਂ ਦੀ ਹੈਗੀ ਆ ਚਾਹ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਸੋ ਉਹਨਾਂ ਚਾਹ ਪਸੰਦ ਕਰਨ ਵਾਲੇ ਲੋਕਾਂ ਲਈ ਮੈਂ ਬਹੁਤ ਜਾਣਕਾਰੀ ਭਰਪੂਰ ਕੁਝ ਵਿਚਾਰ ਜਿਹੜੇ ਉਹ ਆਪਨਾ ਸਾਂਝੇ ਕਰ ਰਿਹਾ ਹਾਂ ਤੁਸੀਂ ਬੜੀ ਇੰਪੋਰਟੈਂਟ ਚੀਜ਼ ਨੋਟਿਸ ਕੀਤੀ ਹੋਵੇਗੀ ਜਿਸ ਤਰ੍ਹਾਂ ਕਿ ਟੀ ਸਟਾਲਸ ਹੁੰਦੇ ਨੇ ਮਾਰਕੀਟਸ ਦੇ ਵਿੱਚ ਹੁੰਦੇ ਨੇ ਬਹੁਤ ਸਾਰੀਆਂ ਰੂਟ ਸਾਈਡ ਹੁੰਦੇ ਨੇ ਦਫਤਰਾਂ ਦੇ ਬਾਹਰ ਟੀ ਸਟਾਲਸ ਹੁੰਦੇ ਨੇ ਹੋਰ ਵੀ ਬਥੇਰੀਆਂ ਥਾਵਾਂ ਦੇ ਉੱਤੇ ਟੀ ਸਟਾਲ ਜਿਹੜੇ ਅਕਸਰ ਹੀ ਸਾਨੂੰ ਦੇਖਣ ਨੂੰ ਮਿਲਦੇ ਨੇ ਉੱਥੇ ਚਾਹ ਬਣਾਉਣ ਵਾਲਾ ਵਿਅਕਤੀ ਜਿਹੜਾ ਹੈ ਉਹ ਕਦੀ ਵੀ ਚਾਹ ਬਣਾਉਣ ਤੋਂ ਬਾਅਦ ਜਿਹੜੀ ਯੂਜ਼ਡ ਚਾਹ ਪੱਤੀ ਹੈ ਉਸ ਨੂੰ ਡਿਸਕਾਰਡ ਨਹੀਂ ਕਰਦਾ ਡਸਬਿੰ ਦੇ ਵਿੱਚ ਨਹੀਂ ਸੁੱਟਦਾ ਔਰ ਉਸਨੇ ਇੱਕ ਸੈਪਰੇਟ ਡੱਬਾ ਜਿਹੜਾ ਅਕਸਰ ਹੀ ਲਗਾਇਆ ਹੁੰਦਾ ਹੈ ਜਿਸ ਦੇ ਵਿੱਚ ਉਹ ਯੂਜ਼ਡ ਚਾਹ ਪੱਤੀ ਨੂੰ ਸਟੋਰ ਕਰਕੇ ਰੱਖਦਾ ਹੈ ਔਰ ਇਨ ਦੀ ਐਂਡ ਆਫ ਦਿ ਡੇ ਇੱਕ ਸਮਾਲ ਵੈਂਡਰ ਸਟੇਟੇ ਛੋਟੇ ਛੋਟੇ ਵਪਾਰੀ ਹੁੰਦੇ ਨੇ ਜਾਂ ਚਾਹ ਦੇ ਕਰਿੰਦੇ ਹੁੰਦੇ ਨੇ ਜਿਹੜੇ ਸ਼ਾਮ ਨੂੰ ਯੂਜ਼ਡ ਚਾਹ ਪੱਤੀ ਇਕੱਠੀ ਕਰਦੇ ਨੇ ਉਹ 10 ਰੁਪਏ 12 ਰੁਪਏ ਜਾਂ 15 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਉਸ ਟੀ ਮੇਕਰ ਕੋਲੋਂ ਟੀ ਸਟਾਲ ਵਾਲੇ ਕੋਲੋਂ ਚਾਹ ਦੀ ਯੂਜ਼ਡ ਚਾਹ ਦੀ ਪੱਤੀ ਦੀ ਖਰੀਦਾਰੀ ਕਰ ਲੈਂਦੇ ਨੇ ਔਰ ਉਸ ਤੋਂ ਬਾਅਦ ਉਹ ਵੱਡੇ ਜਿਹੜੇ ਮਕਰਮਚ ਬੈਠੇ ਨੇ ਆਰਟੀਫੀਸ਼ੀਅਲ ਟੀ ਮੇਕਰਸ ਬੈਠੇ ਨੇ ਉਹਨਾਂ ਨੂੰ ਜਾ ਕੇ ਬੋਰਿਆਂ ਦੀ ਤਾਦਾਦ ਦੇ ਵਿੱਚ ਉਹ ਵੇਚਦੇ ਨੇ ਕੁਇੰਟਲਾਂ ਦੀ ਤਾਦਾਦ ਦੇ ਵਿੱਚ ਵੇਚਦੇ ਨੇ ਜਿਹਦਾ ਇਸਤੇਮਾਲ ਉਹ ਇਸ ਤਰ੍ਹਾਂ ਕਰਦੇ ਨੇ ਕਿ ਵੱਡੇ ਵੱਡੇ ਬਰਤਨ ਲੈ ਕੇ ਖ올 ਦੇ ਪਾਣੀ ਦੇ ਵਿੱਚ ਉਸ ਯੂਜ਼ਡ ਚਾਹ ਪਤੀ ਨੂੰ ਜਿਹੜਾ ਉਪਾ ਦਿੱਤਾ ਜਾਂਦਾ ਔਰ ਉਸ ਦੇ ਵਿੱਚ ਇੰਡਸਟਰੀਅਲ ਕਲਰ ਜਿਸ ਨੂੰ ਕਿ ਅਸੀਂ ਡਾਈ ਕਹਿੰਨੀ ਆ ਜਿਹੜੇ ਕਿ ਕੱਪੜੇ ਜਾਂ ਦੁਪੱਟੇ ਇਦਾਂ ਦੀਆਂ ਚੀਜ਼ਾਂ ਰੰਗਣ ਦੇ ਕੰਮ ਆਉਂਦੀਆਂ ਨੇ ਉਹ ਉਸ ਯੂਜ਼ਡ ਪਤੀ ਦੇ ਵਿੱਚ ਖ올 ਦਿੱਤੀ ਜਾਂਦੀ ਹੈ ਜਿਸ ਨੂੰ ਕਿ ਬੋਇਲਿੰਗ ਔਰ ਖ올 ਦੇ ਪਾਣੀ ਦੇ ਵਿੱਚ ਉਹ ਰੰਗ ਜਿਹੜਾ ਹੈ ਉਸ ਯੂਜ਼ਡ ਚਾਹ ਪਤੀ ਦੇ ਉੱਪਰ ਚੜ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਉਬਾਲ ਕੇ اچھی طرح ਤੇ ਖੁਲੇ ਦੇ ਵਿੱਚ ਚਾਦਰਾਂ ਦੇ ਵਿਛਾ ਕੇ ਜ਼ਮੀਨ ਦੇ ਉੱਪਰ ਜਿਹੜਾ ਉਸ ਨੂੰ ਫੈਲਾ ਦਿੱਤਾ ਜਾਂਦਾ ਹੈ achi tarah dry ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਦੇ ਵਿੱਚ ਜੇ 70% ਆਰਟੀਫੀਸ਼ੀਅਲ ਟੀ ਜਿਹੜੀ ਕਿ ਡਾਈਡ ਹੁੰਦੀ ਹੈ ਇੰਡਸਟਰੀਅਲ ਕਲਰ ਮਿਕਸਡ ਹੁੰਦੀ ਹੈ ਉਸ ਦੇ ਵਿੱਚ 30% ਜਾਂ 20% ਆਫ ਜਿਹੜੀ origignal ਪੱਤੀ ਹੁੰਦੀ ਹੈ ਉਸ ਨੂੰ ਮਿਕਸ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸਪਰੇਅ ਗਨ ਦੇ ਨਾਲ ਉਸ ਦੇ ਉੱਪਰ ਜਿਹੜਾ ਟੀ ਐਸੈਂਸ ਜਿੰਦਾ ਛਿੜਕਾਅ ਜਿਹੜਾ ਕਰ ਦਿੱਤਾ ਜਾਂਦਾ ਹੈ ਤੇ ਫਿਰ ਉਸ ਨੂੰ ਸੀਲ ਪੈਕ ਕਰ ਦਿੱਤਾ ਜਾਂਦਾ ਹੈ ਔਰ ਜਿਸ ਕਰਕੇ ਕਿ ਆਮ ਖਰੀਦਦਾਰਾਂ ਨੂੰ ਆਮ ਲੋਕਾਂ ਨੂੰ ਜਨਰਲ ਪਬਲਿਕ ਨੂੰ ਜਿਹੜਾ ਇਸ ਦੇ ਵਿੱਚ ਦੇਖਣਾ ਕੋ ਕਰਨੀ ਮੁਸ਼ਕਲ ਹੋ ਜਾਂਦੀ ਹੈ ਕਿ ਚਾਹ ਪੱਤੀ ਤਾਜ਼ਾ ਹੈਗੀ ਆ ओरिजिनल ਹੈਗੀ ਆ ਜਾਂ ਆਰਟੀਫੀਸ਼ੀਅਲ ਹੈਗੀ ਆ ਸੋ ਇਹ ਬੜੀ ਹੀ ਇੰਪੋਰਟੈਂਟ ਵਿਸ਼ਾ ਹੈਗਾ ਔਰ ਸਾਨੂੰ ਪਤਾ ਹੈ ਕਿ ਐਡਲਟਰਡ ਫੂਡ ਜਾਂ ਫਿਰ ਇੰਡਸਟਰੀਅਲ ਡਾਈਡ ਫੂਡ ਜਿਹੜੇ ਐਡੀਬਲ ਕਲਰਸ ਨਹੀਂ ਹੁੰਦੇ ਜਿਹੜੇ ਫੂਡ ਗ੍ਰੇਡ ਨਹੀਂ ਹੁੰਦੇ ਜੇ ਅਸੀਂ ਖਾਣੇ ਆ ਤੇ ਸਾਨੂੰ ਕਿਡਨੀ ਫੇਲੀਅਰਸ ਸਾਨੂੰ ਇੰਟਰਸਟਾਈਨ ਕੈਂਸਰ ਥਰੋਟ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਆ ਲੱਗਦੀਆਂ ਨੇ ਜਿਸ ਦੇ ਨਾਲ ਸਾਡਾ ਜੀਵਨ ਜੀਣਾ ਜਿਹੜਾ ਬਹੁਤ ਮੁਸ਼ਕਲ ਹੋ ਜਾਂਦਾ ਔਰ ਇਹ ਫੂਡ ਅਥਾਰਟੀ ਜਿਹੜੀ ਆਫ ਇੰਡੀਆ ਫੂਡ ਆਥਾਰਟੀ ਆਫ ਇੰਡੀਆ ਜਾਂ ਲੋਕਲ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਵੀ ਇਹਨਾਂ ਗੱਲਾਂ ਵੱਲ ਬਹੁਤ ਜ਼ਰੂਰੀ ਧਿਆਨ ਜਿਹੜਾ ਉਹ ਦੇਣਾ ਚਾਹੀਦਾ ਤਾਂ ਕਿ ਲੋਕਾਂ ਦੀ ਕੀਮਤੀ ਜਾਨਾਂ ਜਿਹੜੀਆਂ ਉਹ ਬਚ ਸਕਣ ਲੋਕ ਆਪਣੇ ਅੱਛੇ ਜੀਵਨ ਨੂੰ ਬਤੀਤ ਕਰ ਸਕਣ ਔਰ ਇੱਥੇ ਇਹ ਵੀ ਚੀਜ਼ ਲਾਜ਼ਮ ਮੰਦੀ ਹੈ ਕਿ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਪੜ੍ਹਾਈ ਦੇ ਨਾਲ ਨਾਤਾ ਉਹਨਾਂ ਦਾ ਜੋੜਿਆ ਹੋਇਆ ਹੈ ਉੱਥੇ ਹੀ ਉਹਨਾਂ ਨੂੰ ਅਸੀਂ ਇਹ ਵੀ ਜਾਣਕਾਰੀ ਦਈਏ ਕਿ ਕੀ ਅੱਛਾ ਖਾਣਾ ਕੀ ਅੱਛਾ ਪੀਣਾ ਕੀ ਅੱਛਾ ਪਹਿਨਣਾ ਹੈ ਇਹ ਵੀ ਸਾਡੇ ਉੱਤੇ ਬਹੁਤ ਲਾਜ਼ਮ ਮੰਦੀ ਹੈ ਕਿਉਂਕਿ ਆਉਣ ਵਾਲੀ ਪੀੜ੍ਹੀ ਤੇ ਹੀ ਸਾਡੇ ਦੇਸ਼ ਦਾ ਭਵਿੱਖ ਜਿਹੜਾ ਉਹ ਉਹਨਾਂ ਦੇ ਮੋਢਿਆਂ ਦੇ ਉੱਪਰ ਹੀ ਹੈਗਾ ਸੋ ਸਾਨੂੰ ਇਹ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਹੈਗੀ ਆ ਸਾਨੂੰ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਖੁੱਲੀ ਚਾਪ ਪੱਤੀ ਨਹੀਂ ਲੈਣੀ ਚਾਹੀਦੀ ਔਰ ਜੇ ਪੱਤੀ ਅਸੀਂ ਕਿਸੇ ਮਾੜੀ ਕੰਪਨੀ ਦੀ ਵੀ ਲੈਨੇ ਆ ਜਾਂ ਕਿਤੇ ਤੋਂ ਵੀ ਮਾਰਕੀਟ ਦੇ ਵਿੱਚੋਂ ਕੋਈ ਵੈਂਡਰ ਇਹ ਕਹਿ ਕੇ ਵੇਚਦਾ ਕਿ ਇਹ ਪੱਤੀ ਅੱਛੀ ਐ ਨੂੰ ਟਰਾਈ ਕਰੋ ਤੇ ਜ਼ਰੂਰ ਉਸ ਨੂੰ ਵੈਰੀਫਾਈ ਜ਼ਰੂਰ ਕਰ ਲੈਣਾ ਚਾਹੀਦਾ ਕਿ ਉਹ ਆਰਟੀਫੀਸ਼ੀਅਲ ਪੱਤੀ ਤਾਂ ਨਹੀਂ ਜਿਹੜੀ ਕਿ ਸਾਨੂੰ ਭਿਆਨਕ ਰੋਗਾਂ ਦੇ ਹਵਾਲੇ ਕਰ ਸਕਦੀ ਆ ਔਰ ਫਿਰ ਮੈਂ ਅਪੀਲ ਕਰਨੀ ਚਾਹੁੰਨਾ ਔਰ ਸਮਾਜ ਲਈ ਵੀ ਮੇਰੀ ਇੱਛਾ ਹੈਗੀ ਆ ਕਿ ਬਾਲ ਕਿਸੇ ਦਾ ਨਾ ਹੋ ਚੁਰੀਕੇ નીચે ਹਲਕੇ ਅਸਗਰ ਮੇਂ ਕبھی ਤੀਰ ਵੀ ਤਰਾਜ਼ੂ ਹੋ ਜਾਏ ਮੈਂ ਚਾਹੁੰਦਾ ਕਿਸੇ ਗਰੀਬ ਕਿਸੇ ਨਾਲ ਵੀ ਗਰੀਬ ਮਾਰਨਾ ਹੋਵੇ ਹਰੇਕ ਵਿਅਕਤੀ ਨੂੰ ਸਮਾਨ ਜੀਵਨ ਦਾ ਅਧਿਕਾਰ ਹੋਵੇ ਹਰੇਕ ਵਿਅਕਤੀ ਜਿਹੜਾ ਆਪਣੀ ਅੱਛੀ ਜ਼ਿੰਦਗੀ ਜੀਵਨ ਬਤੀਤ ਕਰੇ ਉਹ ਆਪਣੇ ਪਰਿਵਾਰ ਦੇ ਵਿੱਚ ਸੁਖੀ ਤੇ ਤੰਦਰੁਸਤ ਵਸੇ ਔਰ ਇਹ ਸਾਰੇ ਵਿਚਾਰ ਸੁਣਨ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਜੇ ਆਪ ਨੂੰ ਇਹ ਜਾਣਕਾਰੀ ਅੱਛੀ ਲੱਗੀ ਹੋਵੇਗੀ ਤਾਂ ਮੈਂ ਜ਼ਰੂਰ ਅਗਲੀ ਵੀਡੀਓ ਜਿਹੜੀ ਹੈ ਕਿਸ ਤਰ੍ਹਾਂ ਕਿਸੇ ਵੀ ਚਾਹ ਪੱਤੀ ਨੂੰ ਘਰ ਦੇ ਵਿੱਚ ਹੀ ਵੈਰੀਫਾਈ ਔਰ ਆਈਡੈਂਟੀਫਾਈ ਕਰ ਸਕਦੇ ਹਾਂ ਕਿ ਇਹ ਪੱਤੀ ਆਰਟੀਫੀਸ਼ੀਅਲ ਹੈ ਜਾਂ 오ਰੀਜਨਲ ਹੈ ਉਸ ਬਾਰੇ ਜਾਣਕਾਰੀ ਜ਼ਰੂਰ ਦੇਵਾਂਗਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪਣਾ ਖਿਆਲ ਰੱਖੋ ਸ਼ਬਕ ਹੈ